श्री हर कृष्ण त्याई है जिस जेठा सब दुख जाए तेग बहादुर सिमरै घर नाउन दया वै धाए सब थाई हम जी सहाय दसवें पातशाह श्री गुरु गोबिंद सिंह जी महाराज सब थाई हम जी सहाय दसां पातशाहियां दी जोत श्री गुरु ग्रंथ साहिब जी दे पाठ दी दार दा ध्यान तर खालसा साहे बोलो जी ਹਜ਼ੂਰ ਦੇ ਪੰਜਾਂ ਪਿਆਰਿਆਂ ਜਾਪ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਥੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ ਜਿਨ੍ਹਾਂ ਸਮੂਹ ਸਿਰਕਵਾਨਾ ਸਿੰਘ ਸਿੰਘਣੀਆਂ ਨੇ ਧਾਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਲਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਤ ਸੰਗ ਨਿਵਾਹੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਜੇਤਾਵੈ ਜੇਤਾਵਿਤਾ ਸਦਕਾ ਸਤ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਹੈ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੂੰਗੇ ਜੁਗ ਜੁਗ ਅਡਲ ਹੋਣ ਧਰਮ ਕਾ ਜੈਕਾਰ ਹੋਵੇ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਸ ਗੁਰੂ ਜੋਤ ਗੋਬਿੰਦ ਰੂਪ ਨਿਰੰਕਾਰ ਸਰੂਪ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਜੀ ਦੇ ਮਹਾਨ ਕਿਰਪਾ ਦਾ ਸਦਕਾ ਆਪ ਜੀ ਦੇ ਪਾਵਨ ਪਿੱਤਰ ਦਰਬਾਰ ਗੁਰਦੁਆਰਾ ਗੁਰੂ ਨਾਨਕ ਸਾਹਿਬ ਇੱਕ ਸਵੇਰ ਲੌਂਗਾਲੈਂਡ ਦੀ ਸਮੂਹ ਸਾਧ ਸੰਗਤ ਵੱਲੋਂ ਮਿਲ ਕਰਕੇ ਅਤੇ ਆਪ ਜੀ ਦੇ ਗਰੋਂ ਘਰੋਂ ਸਾਹਿਬ ਗੁਰਮੁਖ ਪਰਿਵਾਰ ਸਰਦਾਰ ਭਰਮਜੀਤ ਸਿੰਘ ਜੀ ਬੇਦੀ ਬੱਚੇ ਬੱਚਿਆਂ ਵੱਲੋਂ ਮਿਲ ਕਰਕੇ ਪਾਤਸ਼ਾਹ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਹੇ ਅਕਾਲ ਪੁਰਖ ਵਾਹਿਗੁਰੂ ਉਹ ਮਹਾਨ ਪਾਵਨ ਪਿੱਤਰ ਦਿਹਾੜਾ ਜਦੋਂ ਆਪ ਜੀ ਨੇ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਸਰੂਪ ਦੇ ਵਿੱਚ ਆ ਕੇ ਇਸ ਧਰਤੀ ਦੇ ਉੱਤੇ ਪ੍ਰਕਾਸ਼ ਆਗਮਨ ਕੀਤਾ ਸਤਿਗੁਰੂ ਸਾਹਿਬ ਜੀ ਇਸ ਧਰਤੀ ਦੀ ਪੁਕਾਰ ਨੂੰ ਸੁਣਦਿਆਂ ਹੋਇਆਂ ਆਪ ਜੀ ਨੇ ਸੰਸਾਰ ਦੇ ਵਿੱਚ ਆ ਕੇ ਸੰਸਾਰ ਦੇ ਲੋਕਾਂ ਨੂੰ ਸੰਸਾਰ ਦੇ ਮਨੁੱਖਾਂ ਨੂੰ ਤਾਰਿਆ ਉਸ ਮਹਾਨ ਪਾਵਨ ਪਿੱਤਰ ਦਿਹਾੜੇ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਸਰਬੱਤ ਸੰਗਤ ਮਾਈ ਭਾਈ ਗੁਰਮੁਖ ਪਰਿਵਾਰ ਵੱਲੋਂ ਮਿਲ ਕਰਕੇ ਪਰਸੋਂ ਦਿਨ ਤੋਂ ਲੈ ਕੇ ਲਾਈ ਬਾਣੀ ਦੇ ਅਖੰਡ ਪਾਠ ਪ੍ਰਾਰੰਭ ਕਰਵਾਏ ਗਏ ਸਤਿਗੁਰੂ ਆਪ ਜੀ ਦੀ ਮਹਾਨ ਕਿਰਪਾ ਹੋਈ ਨਿਰਵਿਘਨ ਤਸਹਿਤ ਸੰਪੂਰਨ ਸਮਾਪਤੀਆਂ ਹੋਈਆਂ ਉਪਰੰਤ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਦੀਵਾਨ ਸਜਾਏ ਗਏ ਸਜੇ ਦੀਵਾਨੰਦ ਇਲਾਹੀ ਬਾਣੀ ਦੇ ਗੁਰ ਸ਼ਬਦ ਕੀਰਤਨ ਸ਼ਬਦ ਦੀਆਂ ਵਿਚਾਰਾਂ ਛੇ ਪੌੜੀਆਂ ਨੂੰ ਸਾਹਿਬ ਜੀ ਦੀ ਬਾਣੀ ਦੇ ਗਾਇਨ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਖੋਦਾ ਹੋਈਆਂ ਜਾਣ ਬੱਚੇ ਜਾਣ ਕੇ ਮਾਫ਼ ਕਰਨੀਆਂ ਅੱਗੇ ਤੋਂ ਸੋ ਤੇ ਸਪਸ਼ਟ ਗੁਰਬਾਣੀ ਪੜ੍ਹਨ ਦੀ ਸ਼ਬਦ ਕੀਰਤਨ ਕਥਾ ਵਿਚਾਰ ਟਹਿਲ ਸੇਵਾ ਕਰਨ ਦੀ ਸਮਰੱਥਾ ਸਮਰਥ ਦਾਨ ਬਖਸ਼ਿਸ਼ ਕਰਨਾ
ਭਾਰੀ ਸੋਹਣੀ ਬਾਣੀ ਦਾ ਭਾਵ ਸਰਬੱਤ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਹਾਜ਼ਰੀ ਦਾਨ ਪ੍ਰਵਾਨ ਕਰਨੀ, ਕਦਮ ਕਦਮ ਸਫਲਾ ਕਰਨਾ, ਕਰੋ ਕਰੋ ਨਾਮ ਦੀਆਂ ਦਾਤਾਂ, ਆਪਣੇ ਚਰਨ ਕਮਲਾਂ ਦਾ ਪ੍ਰੇਮ ਪਿਆਰ ਸਿੱਖੀ ਸਿਹਤ ਭਰੋਸੇ ਦੀ ਦਾਤ ਬਖਸ਼ਿਸ਼ ਕਰਦਿਆਂ, ਪਰਿਵਾਰਾਂ ਨੂੰ ਸੁਖ ਸ਼ਾਂਤੀ ਬਖਸ਼ਿਸ਼ ਕਰਨੀ, ਸਰਬੱਤ ਮਾਈ ਭਾਈ ਦੀਆਂ ਮਨੋਕਾਮਨਾ ਪੂਰਨ ਕਰਨੀਆਂ। ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਓ, ਆਪ ਜੀ ਨੇ ਮੇਰਾ ਭਰਿਆ ਹੱਥ ਆਪਣੀ ਉਮਰ ਦੇ ਸਿਰ ਤੇ ਰੱਖਦਿਆਂ ਕਿਰਪਾ ਕਰਨੀ, ਆਪ ਜੀ ਦੁਆਰਾ ਦ੍ਰਿੜ ਕਰਾਇਆ ਉਪਦੇਸ਼ ਸਰਬੱਤ ਮਾਈ ਭਾਈ ਬੱਚੇ ਬੱਚਿਆਂ ਨੂੰ ਕਮਾਉਣ ਦੇ ਲਈ ਆਪ ਜੀ ਨੇ ਉਦਮ ਉਪਰਾਲਾ ਸੋਝੀ ਸਮਰੱਥ ਆਪਣੇ ਦਰਮ ਕਰਮ ਬਖਸ਼ਿਸ਼ ਕਰਦਿਆਂ ਹੋਇਆਂ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀ ਸਰਦਾਰ ਪਰਮਜੀਤ ਸਿੰਘ ਜੀ ਬੇਦੀ ਤਿਨ੍ਹਾਂ ਦੇ ਸਮੁੱਚੇ ਪਰਿਵਾਰ ਦੇ ਸਿਰ ਤੇ ਮੇਰਾ ਭਰਿਆ ਰੱਖਣਾ, ਗੁਰਮੁਖ ਪਰਿਵਾਰ ਵੱਲੋਂ ਪਾਤਸ਼ਾਹ ਪਾਠ ਸਾਹਿਬ ਦੀ ਸੰਪੂਰਨਤਾ ਉਪਰੰਤ ਆਪ ਜੀ ਨੂੰ ਸੁੰਦਰ ਪੁਸ਼ਾਕੇ ਹਾਜ਼ਰ ਹੋਏ, ਆਪ ਜੀ ਨੇ ਅੰਗੀਕਾਰ ਕੀਤੇ, ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਜੋ ਬੇਅੰਤ ਮਾਇਆ ਹਾਜ਼ਰੀ ਪਾਤਸ਼ਾਹ ਰਹਿਮਤ ਕਰਨੀ, ਪਰਿਵਾਰ ਦੇ ਕਾਰਜ ਰਾਸ ਕਰਨੇ, ਮਾਇਆ ਅਨੇਕ ਤੋਂ ਏਕ ਤੋਂ ਅਨੇਕ ਕਰਦਿਆਂ ਹੋਇਆਂ ਸਫਲੀ ਕਰਨੀ, ਪਾਤਸ਼ਾਹ ਜੀ ਉਹ ਹਰ ਮੈਦਾਨੇ ਫਤਿਹ ਬਖਸ਼ਿਸ਼ ਕਰਦਿਆਂ ਹੋਇਆਂ ਖਜ਼ਾਨੇ ਭਰਪੂਰ ਕਰਨੇ, ਕਮਾਈਆਂ ਚ ਬਰਕਤਾਂ ਪਾਉਣੀਆਂ, ਬੱਚੇ ਬੱਚਿਆਂ ਨੂੰ ਸਿੱਖੀ ਸਿਰ ਭਰੋਸੇ ਦੀ ਦਾਤ ਬਖਸ਼ਿਸ਼ ਕਰਦਿਆਂ, ਸਮੂਹ ਬੇਦੀ ਪਰਿਵਾਰ ਵਿਖੇ ਆਪਸ ਵਿੱਚ ਪਰਸ ਪਰ ਪ੍ਰੇਮ ਸਵਾਗਤ ਦੀ ਭਾਵਨਾ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਚਰਨ ਕਮਲਾਂ ਦਾ ਪਿਆਰ, ਗੁਰੂ ਘਰ ਦੀ ਟਹਿਲ ਸੇਵਾ, ਸੰਗਤ ਦੀ ਟਹਿਲ ਸੇਵਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ, ਸਰਬੱਤ ਸੰਗਤ ਵੱਲੋਂ ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਪਾਤਸ਼ਾਹ ਆਪ ਜੀ ਨੇ ਪਿਛਲੇ ਸਮੇਂ ਦੌਰਾਨ ਆਪਣੀ ਪਿਆਰੀ ਸੰਗਤ ਨੂੰ ਮਹਾਨ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਬਖਸ਼ਿਸ਼ ਕੀਤੀ। ਸਤਿਗੁਰੂ ਸਾਹਿਬ ਜੀਓ, ਆਪ ਜੀ ਦੀ ਰਜਾ ਹੈ ਪਾਤਸ਼ਾਹ ਜੀ, ਉਹ ਮਹਾਨ ਪਾਵਨ ਪਵਿੱਤਰ ਦਰਬਾਰ ਇਸ ਸਮੇਂ ਕੁਝ ਕਾਰਨਾਂ ਕਰਕੇ ਬੰਦ ਪਿਆ ਹੈ। ਆਪ ਸਭ ਸੰਗਤ ਦੇ ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਪਾਤਸ਼ਾਹ ਜੀਓ, ਅਰਦਾਸ ਅਰਜੋਈ ਹੈ, ਆਪ ਜੀ ਰਹਿਮਤ ਕਰੋ, ਉਹ ਮਹਾਨ ਪਾਵਨ ਪਵਿੱਤਰ ਸਥਾਨ ਸੰਗਤ ਦੇ ਦਰਸ਼ਨਾਂ ਲਈ ਖੁੱਲਦਾ ਕਰੋ। ਆਪ ਜੀ ਫਿਰ ਆਪਣੇ ਸੋਹਣੇ ਸਿੰਘਾਸਨਾਂ ਤੇ ਪ੍ਰਕਾਸ਼ਮਾਨ ਹੋ ਕੇ ਸਭਾ ਸੰਗਤ ਮਾਈ ਭਾਈ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਹੋਏ ਸਭਨਾਂ ਦੇ ਮਨ ਨੂੰ ਸ਼ਾਂਤ ਬਖਸ਼ਿਸ਼ ਕਰੋ। ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਆਪ ਜੀ ਨੇ ਰਹਿਮਤ ਕਰਨੀ, ਜਿਸ ਤਰ੍ਹਾਂ ਬੀਤੇ ਸਮੇਂ ਅਨੁਸਾਰ ਆਪ ਜੀ ਦੇ ਚਰਨ ਕਮਲਾਂ ਵਿੱਚ ਜੁੜ ਮਿਲ ਬੈਠ ਕੇ ਸੰਗਤਾਂ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰਦੀਆਂ ਸਨ, ਰਹਿਮਤ ਕਰਨੀ ਪਾਤਸ਼ਾਹ ਆਉਣ ਵਾਲੇ ਸਮੇਂ ਦੇ ਅੰਦਰ ਆਪ ਜੀ ਨੇ ਸਭਾ ਸੰਗਤ ਮਾਈ ਭਾਈ ਦੀ ਅਰਦਾਸ ਬੇਨਤੀ ਨੂੰ ਆਪਣੇ ਚਰਨ ਕਮਲਾਂ ਵਿਖੇ ਮਨਜ਼ੂਰ ਕਰਦਿਆਂ ਹੋਇਆਂ ਸੰਗਤ ਦੇ ਹਰ ਕਾਰਜ ਰਾਸ ਕਰਨੇ ਹਨ, ਸੰਗ ਸਹਾਈ ਹੋਵਣਾ ਪਾਤਸ਼ਾਹ ਜੀਓ। ਆਪ ਜੀ ਦਾ ਘਰ ਦੇ ਪ੍ਰੀਤਮਾਨ ਸਰਦਾਰ ਵੀਰ ਸਿੰਘ ਜੀ, ਸਰਦਾਰ ਜਿੰਦਰ ਸਿੰਘ ਜੀ, ਸ਼੍ਰੀ ਮੇਹਰ ਚੰਦ ਜੀ ਕਪੂਰ ਪਰਿਵਾਰ ਵੱਲੋਂ ਬੇਅੰਤ ਮਾਇਆ ਅਰਦਾਸ ਹੋਈ, ਸ਼੍ਰੀ ਦਰਦਾਰ ਦੀਦਾਰ ਸਿੰਘ ਜੀ ਗੁਰਮੁਖ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ, ਸਰਦਾਰ ਤਰਲੋਕ ਸਿੰਘ ਜੀ, ਸਰਦਾਰ ਹਰਮੋਹਨ ਸਿੰਘ ਜੀ ਪਨਿਆਣੀ, ਭਾਈ ਮੇਹਰ ਚੰਦ ਕਪੂਰ ਪਰਿਵਾਰ ਵੱਲੋਂ, ਮਾਤਾ ਜੈ ਕੌਰ ਜੀ ਵੱਲੋਂ, ਸਰਦਾਰ ਹਰਪ੍ਰੀਤ ਸਿੰਘ ਜੀ ਵੱਲੋਂ, ਭਾਈ ਕਿਸ਼ਨ ਲਾਲ ਕਪੂਰ ਜੀ ਵੱਲੋਂ, ਗੁਰਮੁਖ ਮਾਤਾ ਜੀ ਵੱਲੋਂ, ਸਰਦਾਰ ਸੰਤੋਖ ਸਿੰਘ, ਮਨਮੀਤ ਸਿੰਘ ਜੀ ਵੱਲੋਂ, ਭਾਈ ਦਿਆਲ ਸਿੰਘ ਜੀ ਮਗਰਾ ਪਰਿਵਾਰ ਵੱਲੋਂ, ਭਾਈ ਜੀਤ ਸਿੰਘ ਜੀ ਵੱਲੋਂ, ਭਾਈ ਜਸਪਾਲ ਸਿੰਘ ਜੀ ਗਰੋਵਰ ਪਰਿਵਾਰ ਵੱਲੋਂ, ਭਾਈ ਹਰਚਰਨ ਸਿੰਘ ਜੀ, ਸਿਮਰ ਸਿੰਘ ਗੁਲਾਟੀ ਪਰਿਵਾਰ ਵੱਲੋਂ, ਮਾਤਾ ਸ਼ਾਂਤੀ ਕੌਰ ਜੀ ਵੱਲੋਂ ਬੇਅੰਤ ਮਾਇਆ ਦੇਵ, ਸਰਦਾਰ ਪ੍ਰੀਤਮ ਸਿੰਘ, ਜਗਪਾਲ ਸਿੰਘ ਪਰਿਵਾਰ ਵੱਲੋਂ ਬੇਅੰਤ ਮਾਇਆ ਦੇਵ, ਸਰਦਾਰ ਅਵਤਾਰ ਸਿੰਘ ਜੀ ਵੱਲੋਂ, ਸਰਦਾਰ ਅਸ਼ੋਕ ਖੰਨਾ ਜੀ ਵੱਲੋਂ, ਮੈਂ ਕਾਰੋਬਾਰਾਂ ਦੀ ਚੜ੍ਹਦੀ ਕਲਾ ਦੇ ਅਰਦਾਸ ਬੇਨਤੀ, ਪਾਤਸ਼ਾਹ ਪ੍ਰੇਮੀ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ, ਸਰਦਾਰ ਸਤਵੀਰ ਸਿੰਘ ਜੀ, ਗੁਜਰ ਸਿੰਘ ਜੀ ਵੱਲੋਂ ਅਰਦਾਸ ਬੇਨਤੀ, ਪਾਤਸ਼ਾਹ ਸਰਦਾਰ ਰਵਿੰਦਰ ਸਿੰਘ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ, ਸਤਿਗੁਰੂ ਸਾਹਿਬ ਜੀ ਰਹਿਮਤ ਕਰਨੀ, ਸਰਦਾਰ ਕੁਲਤਾਰ ਸਿੰਘ ਜੀ ਤਨੇਜਾ ਪਰਿਵਾਰ ਵੱਲੋਂ ਬੇਅੰਤ ਮਾਇਆ ਦੇ, ਸਰਦਾਰ ਜਸਵਿੰਦਰ ਸਿੰਘ ਜੀ ਬੇਦੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੇ ਅਰਦਾਸ, ਸਰਦਾਰ ਗੁਰਦੀਪ ਸਿੰਘ ਜੀ ਬੇਦੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੇ ਅਰਦਾਸ, ਸਰਦਾਰ ਪਾਲ ਸਿੰਘ ਜੀ ਪਰਿਵਾਰ ਵੱਲੋਂ ਅਰਦਾਸ ਬੇਨਤੀ, ਭਾਈ ਸਲੂਜਾ ਜੀ ਵੱਲੋਂ ਅਰਦਾਸ ਬੇਨਤੀ, ਸਰਦਾਰ ਅਰਸ਼ਪ੍ਰੀਤ ਸਿੰਘ ਜੀ ਵੱਲੋਂ ਚੜ੍ਹਦੀ ਕਲਾ ਦੇ ਲਈ ਅਰਦਾਸ ਬੇਨਤੀ, ਸਰਦਾਰ ਗੁਰਚਰਨ ਸਿੰਘ ਜੀ ਵੱਲੋਂ ਅਰਦਾਸ ਬੇਨਤੀ, ਸਤਿਗੁਰੂ ਪਾਤਸ਼ਾਹ ਜੀਓ, ਬੱਜੀ ਪ੍ਰਿਆ ਜੀ ਵੱਲੋਂ ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਅਰਜੋਈ ਹੈ। ਸਤਿਗੁਰੂ ਜੀ, ਬੱਚੀ ਦੇ ਸਿਰ ਤੇ ਸੰਕਟ ਆਇਆ ਹੈ, ਆਪ ਜੀ ਨੇ ਰਹਿਮਤ ਕਰਨੀ, ਸਭਾ ਸੰਗਤ ਮਾਈ ਭਾਈ ਵੱਲੋਂ ਅਰਦਾਸ ਬੇਨਤੀ ਹੈ, ਘਰ ਨੂੰ ਘੋੜ ਦੇ ਤਰੀਕ ਹੈ, ਆਪ ਜੀ ਨੇ ਰਹਿਮਤ ਕਰਨੀ, ਬੱਚੀ ਦੇ ਅੰਗ ਸੰਗ ਸਹਾਇਤਾ ਕਰਦੇ ਹੋਏ ਬੱਚੀ ਦੇ ਹਰ ਕਾਰਜ ਆਪ ਜੀ ਨੇ ਚੜ੍ਹਦੀ ਕਲਾ ਸਹਿਤ ਸੰਪੂਰਨ ਕਰਾਵਣੇ, ਫਤਿਹ ਬਖਸ਼ਿਸ਼ ਕਰਨੀ, ਅੰਗ ਸੰਗ ਸਹਾਈ ਹੋਵਣਾ ਪਾਤਸ਼ਾਹ ਜੀ, ਉਸ ਗੁਰਮੁਖ ਪਰਿਵਾਰ ਵੱਲੋਂ ਬੇਅੰਤ ਮਾਇਆ ਜੀ ਪਾਤਸ਼ਾਹ ਰਹਿਮਤ ਕਰਨੀ, ਆਪ ਜੀ ਨੇ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਸਾਹਿਬ ਜੀ ਸਰਬੱਤ ਮਾਈ ਭਾਈ ਦੀਆਂ ਮਨੋਕਾਮਨਾ ਪੂਰਨ ਕਰਨੀਆਂ, ਬੇਦੀ ਪਰਿਵਾਰ ਵੱਲੋਂ ਸਤਿਗੁਰੂ ਸਾਹਿਬ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਪਿਛਲੇ ਸਮੇਂ ਤੋਂ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ, ਗੁਰਮੁਖ ਪਰਿਵਾਰ ਵੱਲੋਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਮਨਾਉਂਦਿਆਂ ਸਾਹਿਤ ਪਾਠ ਦੀ ਪ੍ਰਾਰੰਭਤਾ ਹੋਈ ਸੀ।
आप जी ने महान कृपा की थी, पातशाह निर्भिघनता सन संपूर्णता हुई आप जी का कोटा अनकोट शुक्र है बली उन्वाद रहमत करनी पातशाह जी सेवा नभाउंदियां बाणी पढ़दे अनेक प्रकार दियां पौदा होईयां आप जी ने बख्श लैणियां अगे तो मेहर करनी सो ते स्पष्ट गुरबाणी पढ़न दी आप जी दी सेवा करन दी आप जी ने उदम उपराला समर्था सो जी अपने दर पर बख्शिश करनी पातशाह परिवार वलो आप जी दे हजूर कड़ा प्रसाद जी देख सद के हाजर लंगर सद के हाजर ने दर प्रवान होवन प्रवान हो लंगर प्रसाद सब संगत माई भाई विखे बरताउन दी आग्रह वे जो जी सके आप जी दा पवित्र नाम वाहिगुरु वाहिगुरु जपे रहमत गुरु पातशाह इलाही बाणी दे हुकम बख्शिश करके सब संगत माई भाई नु वेदी परिवार नु खुशियां बख्शो सही प्यारे मेल हो जिना मिलिया आप जी दा नाम जिता वे नानक नाम जपदी कला तेरे पान सर्वदा वाहिगुरु जी का खालसा वाहिगुरु जी की फतेह बोला गया भैया काल की तबे चलायो पंथ सब सिखन को हुक्म है गुरु मान्यो ग्रंथ गुरु ग्रंथ जी मान्यो प्रगट गुरां की जो प्रभु को मिल पहुंचा है खोज शब्द में राज करेगा खालसा आपकी रहे जन्म जन्म के दिल विख दुखे उतरे
साधु चरण साध पद सेवे दिन सफले ओ जन्म सनाथा मोको की जय दास दास दासन को हर दया पार जगन्नाथा हमें अंधले ज्ञानहीन अज्ञानी क्यों चल मार्ग पंथा हमें अंधले को गुर अंचल दी जय जन नानक चल मिलन था हमें अंधले ज्ञानहीन अज्ञानी क्यों चल मार्ग पंथा हमें अंधले को गुर अंचल दी जय जन नानक चल मिलन था बख्शिश करते हैं हे मेरे मना उस अकाल पुरख वाहिगुरु दे नाम नूं भजना कर जिस दी बदौलत इह सारी कुदरत कायनात साजी हुई है ब्रह्मांड खंड सारे उस अकाल पुरख वाहिगुरु दे नाम दे आसरे खड़े हन ਉਹ ਕਿੱਥੋਂ ਪ੍ਰਾਪਤ ਹੋਏਗਾ ਗੁਰੂ ਪੂਰਾ ਹਰ ਨਾਮ ਦਰੜਾਇਆ ਬਿਨ ਨਾਲ ਜੀਵਨ ਬਿਰਥਾ ਉਹ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਪ੍ਰਾਪਤ ਹੋਵੇਗਾ ਫਿਰ ਸੋਝੀ ਪਏਗੀ ਹੇ ਭਾਈ ਨਾਮ ਤੋਂ ਬਿਨਾਂ ਜੀਵਨ ਵਿਅਰਥ ਹੈ ਨਾਮ ਨੇ ਹੀ ਜਦੋਂ ਹਿਰਦੇ ਦੇ ਵਿੱਚ ਵਸਣਾ ਹੈ ਫਿਰ ਇਹ ਪੁਕਾਰ ਕੇ ਆਪੇ ਹੀ ਮਨ ਕਹੇਗਾ ਮੇਰਾ ਹੀਰ ਰਤਨ ਨਾਮ ਹਰ ਵਸਿਆ ਗੁਰ ਹਾਥ ਤਪੇ ਮੇਰਾ ਮਾਥਾ ਜਨਮ ਜਨਮ ਦੇ ਕਿਲ ਵਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਣ ਲਾਥਾ ਹੇ ਸਤਿਗੁਰੂ ਜੀਓ ਆਪ ਜੀ ਨੇ ਮਹਾਨ ਬਖਸ਼ਿਸ਼ ਕਰਕੇ ਮੇਰੇ ਹਿਰਦੇ ਦੇ ਅੰਦਰ ਰਤਨਾ ਤੋਂ ਵੀ ਕੀਮਤੀ ਨਾਮ ਦੀ ਬਖਸ਼ਿਸ਼ ਕੀਤੀ ਹੈ ਕਦੋਂ ਗੁਰ ਹੱਥ ਧਰਿਓ ਮੇਰੇ ਮਾਥਾ ਜਦੋਂ ਪੂਰੇ ਗੁਰੂ ਨੇ ਮਸਤਕ ਦੇ ਉੱਤੇ ਹੱਥ ਰੱਖਿਆ ਰਹਿਮਤ ਕੀਤੀ ਉਸ ਵੇਲੇ ਹਿਰਦੇ ਘਰ ਦੇ ਅੰਦਰ ਉਸ ਕਾਲ ਪੁਰਖ ਵਾਹਿਗੁਰੂ ਦਾ ਨਾਮ ਵਸਿਆ ਕੀ ਹੋਇਆ ਫਿਰ ਜਨਮ ਜਨਮ ਕਿਲ ਵਿਖ ਦੁੱਖੇ ਉਤਰੇ ਗੁਰ ਨਾਮ ਦਿਓ ਰਿਣ ਲਾਥਾ ਜਿਹੜਾ ਪਾਪਾਂ ਦਾ ਕਰਜ਼ਾ ਜਨਮਾਂ ਜਨਮਾਂਤਰਾਂ ਤੋਂ ਚੜਿਆ ਹੋਇਆ ਸੀ ਸਿਰ ਤੇ ਉਹ ਨਾਮ ਦੀ ਬਦੌਲਤ ਉਤਰ ਗਿਆ ਔਰ ਸੁਖ ਰੂਪ ਹੋ ਕੇ ਉਸ ਕਾਲ ਪੁਰਖ ਵਾਹਿਗੁਰੂ ਜੀ ਦਰਗਾਹ ਦੇ ਅੰਦਰ ਲੋਕ ਸੁਖੀ ਪਰ ਲੋਕ ਸਹੇਲੇ ਹੋਏ ਇਹ ਅੱਜ ਦਾ ਮਹਾਨ ਪਾਵਨ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਖਾਲਸਾ ਜੀ ਵੱਲੋਂ ਬਖਸ਼ਿਸ਼ ਹੋਇਆ ਹੈ ਆਪ ਸਭ ਸੰਗਤ ਮਾਈ ਭਾਈ ਧੰਨ ਧੰਨ ਯੋਗ ਹੋ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਚਰਨ ਕਮਲਾਂ ਵਿਖੇ ਜੁੜ ਮਿਲ ਬੈਠੇ ਹੋ ਇਸ ਭਾਵਨ ਸਮਾਂ ਸਰਦਾਰ ਪਰਮਜੀਤ ਸਿੰਘ ਜੀ ਬੇਦੀ ਸਹਿਤ ਪਰਿਵਾਰ ਦੇ ਉਦਮ ਉਪਰਾਲੇ ਦੇ ਨਾਲ ਆਪਾਂ ਨੂੰ ਪ੍ਰਾਪਤ ਹੋਇਆ ਹੈ ਪਰਿਵਾਰ ਨੇ ਪ੍ਰੋਗਰਾਮ ਉਲੀਕਿਆ ਸਤਿਗੁਰੂ ਸਾਹਿਬ ਜੀ ਨੇ ਮਹਾਨ ਰਹਿਮਤ ਕੀਤੀ ਗੁਰੂ ਪਰਿਵਾਰ ਆਪ ਸਭ ਸੰਗਤ ਮਾਈ ਭਾਈ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਸਭ ਖੁਸ਼ੀਆਂ ਨੂੰ ਸਾਂਝਾ ਕਰਦਿਆਂ ਹੋਇਆਂ ਇਸ ਮਾਨ ਪਾਵਨ ਪਿੱਤਰ ਸਮਾਗਮ ਦੀ ਪ੍ਰਾਰੰਭਤਾ ਹੋਈ ਅੱਜ ਨਿਰਵਿਘਨ ਦਰਸ਼ਨ ਸੰਪੂਰਨ ਸਮਾਪਤੀ ਹੋਈ ਹੈ ਸਭਾ ਸੰਗਤ ਮਾਈ ਭਾਈ ਵੱਲੋਂ ਪਰਿਵਾਰ ਨੂੰ ਲੱਖ ਲੱਖ ਵਧਾਈ ਸਤਿਗੁਰੂ ਰਹਿਮਤ ਕਰੇ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਦੇ ਹਾਂ ਇਸੇ ਤਰ੍ਹਾਂ ਸਿੱਖੀ ਸਿਰਫ ਭਰੋਸੇ ਦੀ ਦਾਤ ਬਖਸ਼ਿਸ਼ ਕਰਨ ਦੀ ਪਰਿਵਾਰ ਵੱਲੋਂ ਸਭਾ ਸੰਗਤ ਮਾਈ ਭਾਈ ਦਾ ਧੰਨਵਾਦ ਆਓ ਹੁਣ ਦੋ ਚਾਰ ਮਿੰਟ ਵਾਸਤੇ ਸਰਦਾਰ ਮਨਮੋਹਨ ਸਿੰਘ ਜੀ ਮੋਹਨ ਸਿੰਘ ਜੀ ਆਪ ਜੀ ਦੇ ਨਾਲ ਦੋ ਚਾਰ ਵਿਚਾਰ ਸਾਂਝੇ ਕਰਨਗੇ ਜੀ ਆਪ ਜੀ ਪਿਆਰ ਕਰਨ ਸਭ